ਬੜਾ ਬਾਰੀਕ ਮਜ਼ਮੂਨ ਹੈ ਪਰਮਾਤਮਾ, ਪਰ ਇਸ ਵਾਸਤੇ ਬੜੀ ਬਾਰੀਕ ਅਕਲ ਚਾਹੀਦੀ ਹੈ। ਅਕਲ ਮਨੁੱਖ ਕੋਲ ਮੋਟੀ ਹੋ ਗਈ। ਹਰ ਵਕਤ ਸੰਸਾਰ ਦਾ ਚਿੰਤਨ ਕਰੀਏ, ਪਰਿਵਾਰ ਦਾ ਚਿੰਤਨ ਕਰੀਏ, ਕਾਰੋਬਾਰ ਦਾ ਚਿੰਤਨ ਕਰੀਏ, ਇਹ ਸਭ ਆਕਾਰ ਰੱਖਦੇ ਨੇ, ਮੋਟੇ ਨੇ। ਅਕਲ ਮੋਟੀ ਹੋ ਜਾਂਦੀ, ਮੋਟੀ ਹੋ ਜਾਂਦੀ। ਨਿਰੰਕਾਰ ਦਾ ਚਿੰਤਨ ਹੀ ਮਨੁੱਖ ਦੀ ਅਕਲ ਨੂੰ ਬਾਰੀਕ ਕਰਦਾ ਹੈ। ਸਾਹਿਬ ਤੇ ਕਹਿੰਦੇ ਨੇ, ਜਦ ਸਾਧਨਾ ਕਰਨ ਵਿੱਚ ਬੈਠੇ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ। ਹਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਏ ਪ੍ਰਭੂ, ਵਿਵੇਕਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ, ਤੈਨੂੰ ਸਮਝ ਸਕੇ। ਹੁਣ ਮੈਂ ਅਰਜ਼ ਕਰਾਂ, ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਚੱਲਣ ਵਾਸਤੇ ਪੈਰ ਚਾਹੀਦੇ ਨੇ। ਗਿਆਨ ਅੱਖ ਹੈ, ਸ਼ਰਧਾ ਭਾਵਨਾ ਪ੍ਰੇਮ ਪਿਆਰ ਇਹ ਪੈਰ ਨੇ, ਪਿਆਰ ਦੇ ਹੀ ਸਾਰੇ ਰੂਪ ਨੇ। ਸਨੇਹ ਪ੍ਰੇਮ ਸ਼ਰਧਾ ਭਗਤੀ, ਪਿਆਰ ਇੱਕ ਰੂਪ ਦੇ ਚ ਨਹੀਂ ਹੈ, ਇਹਦੇ ਕਈ ਰੂਪ ਨੇ। ਸੰਬੰਧ ਪਿਆਰ ਨਾਲ ਜੁੜਦਾ ਹੈ, ਗਿਆਨ ਨਾਲ ਨਹੀਂ। ਕਿਸੇ ਦੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ, ਸੰਬੰਧ ਤੇ ਨਹੀਂ ਜੁੜਦਾ, ਸੰਬੰਧ ਤੇ ਪਿਆਰ ਨਾਲ ਜੁੜਦਾ। ਮੈਨੂੰ ਪਤਾ ਚੱਲ ਜਾਏ ਫਲਾਣਾ, ਉਹਦੇ ਨਾਮ ਧਾਮ ਦਾ ਵੀ ਪਤਾ ਚੱਲ ਜਾਏ, ਉਹਦੀ ਸ਼ਖਸੀਅਤ ਦਾ ਵੀ ਪਤਾ ਚੱਲ ਜਾਏ, ਇਹਦੇ ਨਾਲ ਕੋਈ ਸੰਬੰਧ ਤੇ ਨਹੀਂ ਜੁੜਦਾ। ਸੰਬੰਧ ਪ੍ਰੇਮ ਜੋੜਦਾ, ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਦੇਖਣਾ ਤੇ ਦੂਰੋਂ ਵੀ ਹੋ ਸਕਦਾ, ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਹਾਂ, ਦੇਖਣ ਦਾ ਕੀ ਹੈ, ਸੂਰਜ ਨੂੰ ਵੇਖ ਲੈਂਦੇ ਹਾਂ, ਗ੍ਰਹਿ ਨਛੱਤਰਾਂ ਨੂੰ ਵੇਖ ਲੈਂਦੇ ਹਾਂ, ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਹਾਂ। ਪਹੁੰਚਣ ਵਾਸਤੇ ਤੇ ਕੋਈ ਸਾਧਨਾ ਕਰਨੀ ਪਏਗੀ ਨਾ, ਉੱਥੇ ਤੱਕ ਪਹੁੰਚਣ ਵਾਸਤੇ ਤੇ ਕੋਈ ਯਤਨ ਕਰਨਾ ਪਏਗਾ ਨਾ। ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਦੇ, ਗਿਆਨ ਨੇੜੇ ਨਹੀਂ ਲੈ ਜਾਂਦਾ। ਅਗਲੇ ਦੀ ਕਿਤਨੀ ਵੀ ਸਮਝ ਪੈ ਜਾਏ ਇਹ ਫਲਾਣਾ ਹੈ, ਇਹ ਫਲਾਣਾ ਹੈ, ਉਹਦੀ ਸਾਰੀ ਜਾਤ ਪਾਤ ਨਾਮ ਧਾਮ ਕੰਮ ਸਭ ਕੁਝ ਦਾ ਪਤਾ ਚੱਲ ਜਾਏ, ਜਾਣਕਾਰੀ ਮਿਲ ਗਈ ਹੈ, ਦੂਰੀ ਬਣੀ ਰਹਿੰਦੀ ਹੈ, ਪਤਾ ਤਾਂ ਚੱਲ ਗਿਆ ਮਨੁੱਖ ਕੌਣ ਹੈ ਕੀ ਹੈ, ਲੇਕਿਨ ਦੂਰੀ ਬਣੀ ਹੋਈ ਹੈ, ਕਿਉਂਕਿ ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ। ਪਿਆਰ ਨੇੜੇ ਲੈ ਜਾਂਦਾ, ਗਿਆਨੀ ਉਰਾਰ ਹੀ ਰਹਿ ਜਾਂਦੇ ਨੇ। ਇਤਨੀ ਮੈਂ ਅਰਜ਼ ਕਰਾਂ, ਬੜੇ ਬੜੇ ਗਿਆਨੀ ਇਸਲਾਮੀ ਜਗਤ ਦੇ, ਹਿੰਦੂ ਜਗਤ ਦੇ, ਸਿੱਖ ਜਗਤ ਦੇ, ਬੜੀ ਸਿਰ ਖਪਾਈ ਕਰਦੇ ਰਹਿ ਜਾਂਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਗਿਆਨ ਦੀ ਲੋੜ ਹੈ, ਵੇਖ ਸਕੇ ਰਸਤਾ, ਪਰ ਵੇਖਣ ਨਾਲ ਸਿਰਫ ਪਤਾ ਚੱਲਿਆ, ਸੰਬੰਧ ਤੇ ਕੋਈ ਨਹੀਂ ਜੁੜਿਆ, ਰਿਸ਼ਤਾ ਤੇ ਨਹੀਂ ਜੁੜਿਆ, ਉੱਥੇ ਪਿਆਰ ਨਾਲ ਜੁੜਦਾ। ਹੁਣ ਪਿਆਰ ਦੇ ਕੁਛ ਰੂਪ ਮੰਨੇ ਗਏ ਨੇ, ਪਿਆਰ ਨੂੰ ਸਨੇਹ ਆਖਿਆ ਗਿਆ, ਪਿਆਰ ਨੂੰ ਪ੍ਰੇਮ ਆਖਿਆ ਗਿਆ, ਪਿਆਰ ਨੂੰ ਸ਼ਰਧਾ ਆਖਿਆ ਗਿਆ, ਪਿਆਰ ਨੂੰ ਭਗਤੀ ਆਖਿਆ ਗਿਆ। ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਹਦਾ ਹੈ ਉਸ ਨੂੰ ਭਗਤੀ ਕਹਿੰਦੇ ਨੇ, ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ, ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਆਉਂਦਾ ਹੈ, ਬੱਚਿਆਂ ਨਾਲ ਹੋ ਸਕਦਾ, ਬਿਨਾਂ ਸਨੇਹ ਤੋਂ ਤੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ। ਪਿਆਰ ਦੀ ਇਹ ਧਾਰਾ ਨਿਵਾਣ ਦੀ ਤਰਫ ਜਾ ਰਹੀ ਹੈ। ਸਨੇਹ ਪਸ਼ੂਆਂ ਦੇ ਚ ਵੀ ਆਉਂਦਾ, ਕੀੜੇ ਮਕੌੜਿਆਂ ਚ ਵੀ ਆਉਂਦਾ, ਪੰਛੀਆਂ ਚ ਵੀ ਆਉਂਦਾ, ਬਲਕਿ ਸਨੇਹ ਕਿਸੇ ਕਿਸੇ ਪਸ਼ੂ ਚ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ। ਜੈਸੇ ਬੰਦਰ ਨੇ, ਬੰਦਰੀ ਦਾ ਬੱਚਾ ਮਰ ਵੀ ਜਾਏ
ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਾਈ ਰੱਖਦੀ ਹੈ, ਸੁੱਟਦੀ ਨਹੀਂ, ਛੋੜਦੀ ਨਹੀਂ। ਐਸਾ ਮੈਂ ਆਗਰੇ ਵਿੱਚ, ਹਰਿਦੁਆਰ ਵਿੱਚ, ਕਾਨਪੁਰ ਵਿੱਚ ਦੇਖ ਕੇ ਦੰਗ ਰਹਿ ਗਿਆ, ਬਨਾਰਸ ਵਿੱਚ ਦੇਖ ਕੇ ਦੰਗ ਰਹਿ ਗਿਆ। ਹੈ ਤੇ ਬੱਚਾ ਮੁਰਦਾ, ਸੁੱਟਦੀ ਨਹੀਂ ਪਈ, ਅੱਧਾ ਗੱਲ ਗਿਆ, ਲੀਰਾਂ ਲੀਰਾਂ ਹੋ ਗਿਆ, ਨਹੀਂ ਸੁੱਟਦੀ ਪਈ। ਬੰਦਰੀ ਦੇ ਅੰਦਰ ਇਹ ਸਨੇਹ ਬਹੁਤ ਬੜਾ ਪ੍ਰਬਲ ਹੈ, ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ, ਮਨੁੱਖੀ ਮਾਂ ਨਾਲੋਂ ਕਈ ਗੁਣਾ ਜ਼ਿਆਦਾ। ਇਸੇ ਸਨੇਹ ਨੂੰ ਮੋਹ ਕਹਿ ਦਿੰਦੇ ਨੇ, ਘਿਰਣਾ ਨਹੀਂ ਇਸ ਮੋਹ ਨਾਲ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਇਹ ਪ੍ਰਭੂ, ਜੇ ਕਿਧਰੇ ਤੂੰ ਮੋਹ ਵਿੱਚ ਮਿਠਾਸ ਨਾ ਪਾਉਂਦਾ, ਬੱਚੇ ਤੇ ਪੱਲਣੇ ਹੀ ਨਹੀਂ ਸਨ, ਨਾ ਪਸ਼ੂਆਂ ਦੇ ਨਾ ਮਨੁੱਖਾਂ ਦੇ, ਰੋਂਦਾ ਰਹਿ ਜਾਣਾ ਸੀ ਬੱਚਾ, ਕਿਸਨੇ ਦੁੱਧ ਪਿਲਾਉਣਾ ਸੀ, ਤੜਕ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ, ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ। ਸਾਰਾ ਦਿਨ ਦਾਣਾ ਲੱਭਦੀ ਹੈ ਚਿੜੀ, ਆ ਕੇ ਬੱਚੇ ਦੇ ਮੂੰਹ ਚ ਪਾਉਂਦੀ। ਐਸਾ ਸਭ ਕੁਛ ਸਨੇਹ ਕਰਾ ਰਿਹਾ ਉਹਦੇ ਕੋਲ।